ਪਰ ਮੇਰਾ ਵੇਟ ਬਹੁਤ ਅਗੇਨ ਹੋ ਚੁੱਕਿਆ ਸੀ, 110 ਹੋ ਚੁੱਕਿਆ ਸੀ। ਔਰ ਡਾਕਟਰ ਸਾਹਿਬ ਨੇ ਸਾਨੂੰ ਐਡਵਾਈਸ ਕੀਤਾ ਸਰਜਰੀ ਦੇ ਬਾਰੇ, ਔਰ ਅੱਜ ਮੇਰੀ ਸਰਜਰੀ ਨੂੰ 6 ਮੰਥ ਹੋ ਚੁੱਕੇ ਆ, ਔਰ ਮੈਂ 32 ਵੇਟ ਜਿਹੜਾ ਮੈਂ ਲੋਸ ਹੋ ਚੁੱਕਿਆ ਵਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਸਿੱਧੂ ਹੈ, ਔਰ ਮੈਂ ਮੈਥੇ ਚੌਂਕ ਤੋਂ ਬਿਲੋਂਗ ਕਰਦੀ ਹਾਂ। ਉੱਥੇ ਨਜ਼ਦੀਕ ਛੋਟਾ ਜਿਹਾ ਵਿਲੇਜ ਹੈ। ਪਰ ਮੇਰਾ ਵੇਟ ਬਹੁਤ ਅਗੇਨ ਹੋ ਚੁੱਕਿਆ ਸੀ, 110 ਹੋ ਚੁੱਕਿਆ ਸੀ, 110 ਕਿਲੋ। ਪਰ ਮੈਨੂੰ ਵੇਟ ਦੇ ਨਾਲ ਨਾਲ ਮੇਰਾ BP, ਸ਼ੂਗਰ, ਔਰ ਮੈਨੂੰ ਬੈਕ ਪੇਨ, ਚੱਲਣ 'ਚ ਬਹੁਤ ਦਿੱਕਤ ਆਉਂਦੀ ਹੁੰਦੀ ਸੀ। ਫਿਰ ਮੈਂ ਹਮੇਸ਼ਾ ਸਰਚ ਕਰਦੀ ਰਹਿੰਦੀ ਹੁੰਦੀ ਸੀ, ਮੇਰੇ ਹਸਬੈਂਡ ਨੇ ਸਰਚ ਕੀਤਾ, ਔਰ ਸਾਨੂੰ ਹੋਸਪਿਟਲ ਦਾ ਪਤਾ ਲੱਗਾ, ਸਟਾਰ ਹੋਸਪਿਟਲ। ਔਰ ਫਿਰ ਅਸੀਂ ਇੱਥੇ ਵਿਜ਼ਿਟ ਕੀਤੀ, ਫਿਰ ਡਾਕਟਰ ਸਾਹਿਬ ਨੂੰ ਮਿਲੇ ਅਸੀਂ, ਔਰ ਡਾਕਟਰ ਸਾਹਿਬ ਨੇ ਸਾਨੂੰ ਐਡਵਾਈਸ ਕੀਤਾ ਸਰਜਰੀ ਦੇ ਬਾਰੇ। ਔਰ ਅੱਜ ਮੇਰੀ ਸਰਜਰੀ ਨੂੰ 6 ਮੰਥ ਹੋ ਚੁੱਕੇ ਆ, ਔਰ ਮੈਂ 32 ਵੇਟ ਜਿਹੜਾ ਮੈਂ ਲੋਸ ਹੋ ਚੁੱਕਿਆ ਵਾ। ਔਰ ਹੁਣ ਮੈਨੂੰ ਬਿਲਕੁਲ ਈਜ਼ੀ ਲੱਗਦਾ ਵਾ, ਐਵੇਂ ਲੱਗਦਾ ਵਾ ਕਿ ਜਿਸ ਤਰ੍ਹਾਂ ਮੈਂ ਹਾਫ ਹੋ ਚੁੱਕੀ ਹਾਂ, ਔਰ ਮੇਰਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ। ਅਤੇ ਥੈਂਕ ਯੂ ਡਾਕਟਰ ਸਾਹਿਬ ਨੂੰ ਮੈਂ ਬੋਲਾਂਗੀ ਸਪੈਸ਼ਲੀ। ਔਰ ਇਹ ਵੀ ਬੋਲਣਾ ਚਾਹਾਂਗੀ ਕਿ ਅਗਰ ਮੇਰੇ ਵਰਗੀ ਕਿਸੇ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਟਾਰ ਹੋਸਪਿਟਲ ਨਾਲ ਆ ਕੇ ਵਿਜ਼ਿਟ ਕਰਨ। ਹਾਂਜੀ, ਥੈਂਕ ਯੂ ਸੋ ਮੱਚ।